ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅੱਜ ਈਦ ਦਾ ਬੜਾ ਖੁਸ਼ੀਆਂ ਦਾ ਭਾਗਾਂ ਵਾਲਾ ਦਿਨ ਹੈ ਔਰ ਅੱਜ ਹਰ ਬੰਦਾ ਬੱਚਾ ਛੋਟੇ ਵੱਡੇ ਸਾਰੇ ਖੁਸ਼ ਨੇ ਖਾਸ ਤੌਰ ਤੇ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਹੜੇ ਈਦੀ ਲੈ ਰਹੇ ਨੇ ਖੁਸ਼ੀਆਂ ਮਨਾ ਰਹੇ ਨੇ ਔਰ ਆਪਣੇ ਆਪਣੇ ਅੰਦਾਜ਼ ਵਿੱਚ ਈਦ ਮਨਾ ਰਹੇ ਨੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਅੱਜ ਦੇ ਇਸ ਮੌਕੇ ਨੂੰ ਇੰਜੋਏ ਕਰੀਏ ਔਰ ਖੁਸ਼ੀਆਂ ਮਨਾਈਏ ਖੁਸ਼ੀਆਂ ਵੰਡੀਏ ਤੋਹਫੇ ਲਈਏ ਤੋਹਫੇ ਦਈਏ ਇਹ ਜਿਹੜੀ ਈਦ ਹੈ اسی ਇਹ ਦੇ ਜਿਹਦੇ ਜਿਹਦੇ ਚ ਸਾਨੂੰ ਕੁਰਬਾਨੀ ਦਾ ਫਲਸਫਾ ਮਿਲਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਜਿੱਥੇ ਜਾਨਵਰ ਜ਼ਿਬਾ ਕਰਨੇ ਆ ਆਪਣੀਆਂ ਮਨ ਦੀਆਂ ਖਵਾਸ਼ਾਂ ਜੜੀਆਂ ਨੇ ਉਹਨਾਂ ਨੂੰ ਮਾਰ ਕੇ ਤੇ ਫਿਰ ਹੀ ਅਸੀਂ ਕੁਝ ਹਾਸਲ ਕਰ ਸਕਨੇ ਆ ਰੱਬ ਸੋਣਾ ਸਾਨੂੰ ਸਦਾ ਸਲਾਮਤ ਰੱਖੇ ਔਰ ਇਸੇ ਤਰ੍ਹਾਂ ਅਸੀਂ ਵਸਦੇ ਰਹੀਏ ਪਾਕਿਸਤਾਨ ਜਿੰਦਾਬਾਦ